ਚੰਡੀਗੜ੍ਹ ਯੂਨੀਵਰਸਿਟੀ ਪੜੂਆ ਵਿਖੇ ਅਤੇ ਗੱਲ ਕਰਾਂਗੇ BBC ਸਪੋਰਟਸ ਵੀਮੈਨ ਆਫ ਦਾ ਈਅਰ ਮੇਰੇ ਨਾਲ ਨੇ ਸੁਪਨੀਤ ਸਿੰਘ ਜੋ ਕਿ ਪੰਜਾਬੀ ਰੰਗਮੰਚ ਅਤੇ ਭੰਗੜੇ ਦੇ ਮਾਹਿਰ ਮੰਨੇ। ਸੁਪਨੀਤ, ਕਿਸ ਤਰੀਕੇ ਨਾਲ ਤੁਸੀਂ ਇਸ ਈਵੈਂਟ ਨੂੰ ਦੇਖ ਰਹੇ ਹੋ? ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ, BBC ਦਾ ਬਹੁਤ ਵਧੀਆ ਉਪਰਾਲਾ ਆ। ਮੈਂ ਧੰਨਵਾਦ ਕਰਦਾ ਜੋ ਇੰਨਾ ਸੋਹਣਾ ਉਪਰਾਲਾ ਕਰ ਰਿਹਾ। ਹਾਂਜੀ, ਲਓ ਜੀ ਆਪਾਂ ਗੱਲ ਕਰਦੇ ਹਾਂ ਇੱਥੇ ਸਟੂਡੈਂਟਸ ਨਾਲ, ਸਪੋਰਟਸ ਵੂਮੈਨ ਆਫ ਦੀ ਈਅਰ ਬਾਰੇ ਕੁਛ ਗੱਲ ਕਰਾਂਗੇ। ਹਾਂਜੀ, ਤੁਹਾਨੂੰ ਕੀ ਲੱਗਦਾ ਵੀ ਕੁੜੀਆਂ ਖੇਡਾਂ ਦੇ ਵਿੱਚ ਵੱਧ ਆਉਂਦੀਆਂ ਕਿ ਘੱਟ ਆਉਂਦੀਆਂ ਨੇ? ਸਰ, ਮੈਨੂੰ ਲੱਗਦਾ ਹੈ ਕਿ ਕੁੜੀਆਂ ਖੇਡਾਂ ਦੇ ਵਿੱਚ ਘੱਟ ਹੁੰਦੀਆਂ ਵਾ, ਕਿਉਂਕਿ ਉਹਨਾਂ ਦੇ ਕੁਝ ਫੈਮਿਲੀ ਰੀਜ਼ਨ ਹੁੰਦੇ ਆ, ਜਿੱਦਾਂ ਘਰ ਦੇ ਕਹਿ ਦਿੰਦੇ ਆ ਕਿ ਇਹਨਾਂ ਨੇ ਤਾਂ ਸੰਭਾਲਣਾ ਆਪਣਾ ਘਰ ਹੀ ਆ, ਅੱਗੇ ਜਾ ਕੇ ਇਹਨਾਂ ਨੂੰ ਖੇਡਣ ਦਾ ਕੀ ਫਾਇਦਾ। ਅਤੇ ਮੈਨੂੰ ਲੱਗਦਾ ਕਿ ਪਰਿਵਾਰ ਆ ਕੁੜੀਆਂ ਨੂੰ ਪਿੱਛੇ ਧਕੇਲ ਦਿੰਦਾ ਆ, ਅਤੇ ਇਸ ਕਰਕੇ ਆ ਜਿਹੜੀਆਂ ਕੁੜੀਆਂ ਵਾ ਘੱਟ ਹੁੰਦੀਆਂ ਖੇਡਾਂ 'ਚ। ਤੁਸੀਂ ਕੋਈ ਗੇਮ ਕਰਦੇ ਹੋ? ਨਹੀਂ, ਮੈਂ ਕੋਈ ਗੇਮ ਨਹੀਂ ਕਰਦੀ। ਠੀਕ ਹੈ ਜੀ। ਸਰ, ਮੇਰਾ ਨਾਮ ਹਿਮਾਨੀ ਹੈ। ਸਰ, ਫੀਮੇਲਸ ਮੈਡਲ ਤਾਂ ਲਾਉਂਦੀ ਹੈ ਪਰ ਘੱਟ ਆਉਂਦੇ ਨੇ, ਬੋਇਜ਼ ਦੇ ਮੁਕਾਬਲੇ ਕਮ ਆਉਂਦੇ। ਤਾਂ ਇਹ ਰੀਜ਼ਨ ਇਹ ਹੋ ਸਕਦਾ ਹੈ ਕਿ ਫੈਮਿਲੀ ਇਸ਼ੂਜ਼ ਬਹੁਤ ਹੁੰਦੇ ਆ ਉਹਨਾਂ ਕੋਲੋਂ, ਕਿ ਉਹਨਾਂ ਨੂੰ ਡਰ ਰਹਿੰਦਾ ਹੈ ਮੂੰਹ 'ਤੇ ਲੱਗੀ, ਹੱਥ ਪੈਰ ਟੁੱਟ ਗਿਆ ਤਾਂ ਦੂਜੇ ਘਰ ਜਾਣਾ ਹੈ, ਤਾਂ ਇਹ ਪ੍ਰੋਬਲਮ ਬਹੁਤ ਆਉਂਦੀ ਹੈ। ਮੈਂ ਰਗਬੀ ਖੇਡਦੀ ਹਾਂ, ਮੈਂ 2 ਵਾਰੀ ਇੰਡੀਆ ਰੀਪ੍ਰਜੈਂਟ ਕੀਤਾ ਹੈ। ਜਦੋਂ ਮੈਂ ਖੇਡਣਾ ਸ਼ੁਰੂ ਕੀਤਾ ਸੀ ਮੇਰੇ ਪਾਪਾ ਨੇ ਵੱਡਾ ਸਪੋਰਟ ਕੀਤਾ ਸੀ, ਬਟ ਮੰਮੀ ਵੱਲੋਂ ਥੋੜ੍ਹਾ ਪ੍ਰੋਬਲਮ ਹੁੰਦੀ ਸੀ ਕਿ ਨਹੀਂ ਖੇਡਣਾ, ਅੱਜ ਫਿਰ ਚੋਟ ਲਗਾ ਆਈ, ਅੱਜ ਫਿਰ ਇਹ ਹੋਇਆ ਉਹ ਹੋਇਆ। ਲਓ ਜੀ, ਇੱਥੇ ਹੋਰ ਸਟੂਡੈਂਟਸ ਖੜ੍ਹੇ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਹਾਲ ਨੇ ਜੀ? ਠੀਕ ਹੋ? ਅਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਜੀ, ਕੁੜੀਆਂ ਅਤੇ ਖੇਡਾਂ ਬਾਰੇ ਤੁਸੀਂ ਕੀ ਸੋਚਦੇ ਹੋ? ਸਰ, ਕੁੜੀਆਂ ਨੂੰ ਅੱਗੇ ਆਉਣਾ ਚਾਹੀਦਾ ਵਾ। ਕੁੜੀਆਂ ਅੱਜ ਕੱਲ੍ਹ ਮੁੰਡਿਆਂ ਦੇ ਬਰਾਬਰ ਹੀ, ਇਹੋ ਜਿਹੀ ਕੋਈ ਗੱਲ ਨਹੀਂ ਜਿੱਦਾਂ ਪਹਿਲਾਂ ਵਿਚਾਰ ਸੀਗੇ ਲੋਕਾਂ ਦੇ ਕਿ ਕੁੜੀਆਂ ਸਿਰਫ ਘਰੇ ਰਹਿਣਗੀਆਂ, ਉਹਨਾਂ ਦਾ ਘਰ ਦਾ ਹੀ ਕੰਮ ਆ, ਇਹੋ ਜਿਹੀ ਕੋਈ ਗੱਲ ਨਹੀਂ ਆ। ਕੁੜੀਆਂ ਅੱਜ ਕੱਲ੍ਹ ਮੁੰਡਿਆਂ ਦੇ ਬਰਾਬਰ ਆ ਮੇਰੇ ਹਿਸਾਬ ਨਾਲ, ਅਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਨੇ, ਅਤੇ ਕੁੜੀਆਂ ਕਰ ਵੀ ਰਹੀਆਂ ਨੇ ਜੋ ਕਿ ਆਪਾਂ ਦੇਖਦੇ ਹਾਂ ਸਪੋਰਟਸ 'ਚ। ਤੁਸੀਂ ਜਿਵੇਂ ਹੈਗੀਆਂ ਜੀ, ਜਿਵੇਂ ਸਾਇਨਾ ਨੇਹਵਾਲਾ ਜੀ, ਸਾਨੀਆ ਮਿਰਜ਼ਾ ਜੀ, ਕਿੰਨੇ ਗਾਂ ਤੱਕ ਪਹੁੰਚੇ ਆ ਅੱਜ ਕੱਲ੍ਹ, ਮਤਲਬ ਕੋਸ਼ਿਸ਼ ਕਰਨੀ ਚਾਹੀਦੀ ਹਰ ਕੁੜੀ ਨੂੰ ਕਿ ਹਾਂ ਕੋਸ਼ਿਸ਼ ਕਰੇ ਸਪੋਰਟ ਵਿੱਚ ਆਉਣ ਦੀ, ਸਪੋਰਟਸ 'ਚ, ਤਾਂ ਕਰਕੇ ਬਹੁਤ ਤਰੱਕੀ ਕਰੂ ਇੰਡੀਆ ਦੇ ਨਾਲ ਦੇ। ਹਾਂਜੀ, ਇਹ ਨੇ ਜੀ ਉਹ 5 ਖਿਡਾਰਨਾ ਜਿਨ੍ਹਾਂ ਨੂੰ ਤੁਸੀਂ ਵੋਟ ਕਰਨੀ ਆ। ਮੈਂ ਤਾਂ ਆਪਣੀ ਵੋਟ ਕਰ ਚੁੱਕਿਆ, ਹੁਣ ਤੁਸੀਂ ਵੀ ਆਪਣੀ ਵੋਟ ਕਰੋ। BBC ਪੰਜਾਬੀ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਵੋਟ ਕਰੋ, ਅਤੇ ਇਹ ਆ ਜੀ ਬਾਰਕੋਡ ਜਿਹਨੂੰ ਤੁਸੀਂ ਸਕੈਨ ਕਰਕੇ ਵੋਟ ਕਰ ਸਕਦੇ ਹੋ। ਥੈਂਕ ਯੂ ਸੋ ਮੱਚ, ਵੋਟ ਜ਼ਰੂਰ ਕਰਿਓ। ਟੈਕੁੰਡੋ ਇੱਕ ਸਪੋਰਟਸ ਹੀ ਨਹੀਂ ਬਲਕਿ ਸੁਪਨਾ ਹੈ ਮੇਰਾ, ਮੇਰੇ ਮਦਰ ਦਾ, ਮੇਰੇ ਫਾਦਰ ਦਾ, ਸਭ ਦਾ। ਐਟਲੀਸਟ ਟੈਕੁੰਡੋ ਸਪੋਰਟਸ ਇੱਦਾਂ ਜੋ ਸੈਲਫ ਡਿਫੈਂਸ ਗੇਮ ਹੈ ਜੋ ਕਿ ਹਰ ਇੱਕ ਕੁੜੀ ਨੂੰ ਜਾਣਨਾ ਚਾਹੀਦਾ। ਮੇਰੇ ਮਦਰ ਨੇ ਜ਼ਬਰਦਸਤੀ ਮੈਨੂੰ ਇਸ ਗੇਮ 'ਚ ਇਨਕਲੂਡ ਕੀਤਾ ਕਿ ਨਹੀਂ ਤੂੰ ਇਸ ਗੇਮ 'ਚ ਜਾ, ਬਟ ਸਰ ਮੇਰਾ ਇੰਟਰਸਟ ਨਹੀਂ ਹੈਗਾ ਸੀਗਾ। ਐਕਚੁਲੀ ਮੈਨੂੰ ਇਹ 'ਚ ਬਹੁਤ ਜ਼ਿਆਦਾ ਚੋਟ ਵੀ ਲੱਗੀ, ਫ੍ਰੈਕਚਰ ਐਂਡ ਆਲ ਟਾਈਪ ਇੰਜਰੀ ਬਹੁਤ ਜ਼ਿਆਦਾ ਹੋਈ। ਫਿਰ ਮੇਰੇ ਮਦਰ ਦਾ ਕਹਿਣਾ ਕਿ ਤੁਸੀਂ ਇਹ ਗੇਮ ਛੱਡ ਦਿਓ, ਇਹ ਗੇਮ ਸਹੀ ਨਹੀਂ ਆ, ਕਿ ਇਸ ਗੇਮ 'ਚ ਇੰਜਰੀ ਹੁੰਦੀ ਆ। ਫਿਰ ਨਹੀਂ, ਮੈਂ ਕਹਿੰਦਾ ਮੰਮਾ ਹੁਣ ਨਹੀਂ ਛੱਡਣਾ, ਹੁਣ ਤਾਂ ਸੈਲਫ ਡਿਫੈਂਸ ਪੂਰਾ ਆ ਕੇ ਰਹੂਗਾ, ਹੁਣ ਸਭ ਨੂੰ ਮਾਰ ਕੇ ਰਹਿਣਾ, ਕੋਈ ਦਿੱਕਤ ਨਹੀਂ ਆ। ਸੋ ਮੈਂ ਇਹ ਚਾਹੁੰਦੀ ਕਿ ਹਰ ਇੱਕ ਕੁੜੀ ਸੈਲਫ ਡਿਫੈਂਸ ਜ਼ਰੂਰ ਸਿੱਖੇ, ਕਿਉਂਕਿ ਟੈਕਵੰਡੋ ਇੱਕ ਐਸਾ ਗੇਮ ਹੈ ਕਿ ਜਿਸ 'ਚ ਕੁੜੀ ਆਪਣੀ ਪੂਰੀ ਸੈਲਫ ਆਪਣੇ ਆਪ ਹੀ ਕਰ ਸਕਦੀ ਡਿਫੈਂਸ, ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਕਿਸੇ ਮੁੰਡੇ ਦੀ, ਕਿਸੇ ਦੋਸਤ ਦੀ, ਨੋ, ਕਿਸੇ ਦੀ ਲੋੜ ਨਹੀਂ। ਮੈਂ ਬਾਸਕਟਬਾਲ ਖੇਡਦਾ, ਮੈਨੂੰ ਇਹ ਗੇਮ ਬਹੁਤ ਪਸੰਦ ਆ। ਮੇਰਾ ਫੇਵਰੇਟ ਪਲੇਅਰ ਲੈਬਰੋਨ ਜੇਮਸ ਹੈ, ਔਰ ਮੁਝੇ ਉਸ ਇਸ ਲਈ ਪਸੰਦ ਹੈ ਕਿਉਂਕਿ ਉਸਦੀ ਗੇਮ ਸੈਂਸ ਬਹੁਤ ਅੱਛੀ ਹੈ। ਬੋਲ ਨਾਲ ਮੇਰੀ ਫੇਵਰੇਟ ਯਾਦਾਂ ਜੁੜੀਆਂ, ਅਤੇ ਅਸੀਂ ਅੰਡਰ 17 ਵਿੱਚ ਸਟੇਟ ਟੂਰਨਾਮੈਂਟ ਜਿੱਤੇ ਸੀ। ਡ੍ਰਿਬਲ ਠੀਕ ਨਹੀਂ ਸਰ ਇਹ। ਤਾਂ ਕਾਲਜ ਜਦੋਂ ਵੀ ਘਰ ਜਾਂਦਾ ਜਾਂ ਪ੍ਰੈਕਟਿਸ ਵਿੱਚ ਜਾਂਦਾ ਤਾਂ ਇਹਦੇ ਕਰਕੇ ਮੈਨੂੰ ਬੜਾ ਰਿਲੈਕਸ ਮਹਿਸੂਸ ਹੁੰਦਾ। ਅਤੇ ਜਦੋਂ ਮੇਰਾ ਫੇਵਰੇਟ ਪਲੇਅਰ ਧੋਨੀ ਹੈ, ਅਤੇ ਉਹਦੇ ਕਰਕੇ ਹੀ ਮੈਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਅਤੇ ਮੇਰਾ ਫੇਵਰੇਟ ਸ਼ੋਟ ਹੈਲੀਕਾਪਟਰ ਹੈ। ਵਿਰਾਟ ਕੋਹਲੀ ਮੇਰਾ ਸਭ ਤੋਂ ਫੇਵਰੇਟ ਪਲੇਅਰ ਆ,
ਐਂਡ ਕੋਜ਼ ਜਿੱਦਾਂ ਉਹ ਟੀਮ ਨੂੰ ਆਪਣੀ ਟੀਮ ਨੂੰ ਹੈਂਡਲ ਕਰਦਾ ਮੈਨੂੰ ਬਹੁਤ ਵਧੀਆ ਲੱਗਦਾ ਉਹ ਐਂਡ ਇਨਫੈਕਟ ਪੂਰੀ ਟੀਮ ਉਹਨੂੰ ਬਹੁਤ ਸਪੋਰਟ ਕਰਦੀ ਹੈ। ਮੇਰਾ ਫੇਵਰੇਟ ਜੋ ਸ਼ੋਟ ਹੈ ਕ੍ਰਿਕਟ ਵਿੱਚ ਉਹ ਸਟ੍ਰੇਟ ਹੈ, ਮੈਨੂੰ ਬਹੁਤ ਪਸੰਦ ਹੈ ਸ਼ੋਟ। ਮੇਰਾ ਫੇਵਰੇਟ ਗੇਮ ਟੈਨਿਸ ਹੈ ਔਰ ਟੈਨਿਸ ਇੱਕ ਲਾਈਫ ਹੀ ਨਹੀਂ ਹੈ ਬਟ ਮੇਰੇ ਲਈ ਇੱਕ ਮੈਡੀਟੇਸ਼ਨ ਹੈ। ਟੈਨਿਸ ਕੇ ਸਾਥ ਬਹੁਤ ਯਾਦਾਂ ਜੁੜੀ ਹੈ ਮੇਰੇ। ਮੈਨੇ ਟੈਨਿਸ ਫੋਰਥ ਕਲਾਸ ਮੈਂ ਸ਼ੁਰੂ ਕੀਆ ਥਾ ਔਰ ਪਾਪਾ ਨੇ ਸ਼ੁਰੂ ਕਰਵਾਇਆ ਥਾ ਕਿਉਂਕਿ ਪਾਪਾ ਕੋ ਲਗਤਾ ਥਾ ਕਿ ਮੈਂ ਬਚਪਨ ਸੇ ਰਾਕੇਸ਼ ਕੇ ਸਾਥ ਅੱਛੇ ਸੇ ਖੇਲ ਸਕਤੀ ਹੂੰ। ਤੋ ਧੀਰੇ ਧੀਰੇ ਇਸੀ ਪੈਸ਼ਨ ਕੇ ਸਾਥ ਮੈਨੇ ਨੈਸ਼ਨਲਸ ਖੇਲਾ ਔਰ ਅਭੀ ਫੇਮਸ ਹੂੰ ਟੈਨਿਸ ਕੇ ਨਾਮ ਸੇ ਔਰ ਅੱਛਾ ਲੱਗਤਾ। ਫੇਵਰੇਟ ਪਲੇਅਰ ਮੁਝੇ ਸਾਨੀਆ ਮਿਰਜ਼ਾ ਸੇ ਮੋਟੀਵੇਸ਼ਨ ਮਿਲਤੀ ਹੈ ਕਿਉਂਕਿ ਉਸਨੇ ਇੰਡੀਆ ਕੇ ਲਈ ਬਹੁਤ ਖੇਲਾ ਹੈ ਔਰ ਆਪਣੇ ਮੂਵਸ ਕੇ ਸਾਥ ਉਸਨੇ ਸਭ ਕੋ ਰਿਪ੍ਰੈਜ਼ੈਂਟ ਕੀਆ ਹੈ। ਇਸ ਪਲੇਅਰ ਹੈ ਮੇਰਾ ਫੇਵਰੇਟ ਮੂਵ ਮੇਰਾ ਫੋਰ ਹੈਂਡ ਹੈ ਜਿਸ ਕੇ ਵਜ੍ਹਾ ਸੇ ਮੈਂ ਖੇਲ ਸਕਤੀ ਹੂੰ ਔਰ ਸਭ ਕੋ ਹਰਾ ਸਕਤੀ ਹੂੰ। ਸਤਿ ਸ਼੍ਰੀ ਅਕਾਲ ਜੀ ਮੈਂ ਬੀਬੀਸੀ ਇੰਡੀਅਨ ਸਪੋਰਟਸ ਵਿਮੈਨ ਵਾਸਤੇ ਵੋਟ ਕੀਤਾ ਤੇ ਮੈਂ ਇਸ ਲਈ ਵੋਟ ਕੀਤਾ ਕਿ ਜਿਹੜੇ ਸਮਾਜ ਨੇ ਪੀੜ੍ਹੀਆਂ ਲਗਾ ਰੱਖੀਆਂ ਨੇ ਕੁੜੀਆਂ ਉਹਨੂੰ ਦੌੜ ਕੇ ਅੱਗੇ ਵਧਣ ਅਤੇ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱ
ਮਨਪ੍ਰੀਤ ਕੌਰ ਐਂਡ ਮੈਂ BBC ਇੰਡੀਅਨ ਸਪੋਰਟਸ ਵੂਮੈਨ ਨੂੰ ਇਸ ਲਈ ਵੋਟ ਕੀਤਾ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਮੌਕਾ ਮਿਲੇ ਅਤੇ ਕੁੜੀਆਂ ਵੀ ਹਰ ਇੱਕ ਫੀਲਡ ਵਿੱਚ ਅੱਗੇ ਆਉਣ। ਸਰ ਕਿੱਥੋਂ ਵੀ ਯਾਰ, ਲੰਬਾ ਹੀ ਬਹੁਤ ਹੈ। ਸਾਨੂੰ ਮਾਣ ਹੋ ਰਿਹਾ ਸਾਡੀ ਦੇਸ਼ ਦੀ ਕੁੜੀਆਂ ਆਪਣੇ ਦੇਸ਼ ਲਈ ਇੰਨਾ ਕੁਛ ਕਰ ਰਹੀਆਂ ਨੇ, ਬੜੀ ਮਿਹਨਤ ਕਰਕੇ ਸਿਲੈਕਟ ਹੋਈਆਂ ਨੇ ਅਤੇ ਗੋਲਡ ਮੈਡਲ ਲੈ ਕੇ ਆ ਰਹੀਆਂ। ਸਾਨੂੰ ਆਪਣੇ ਦੇਸ਼ ਦੀ ਕੁੜੀਆਂ 'ਤੇ ਬੜਾ ਮਾਣ ਹੋ ਰਿਹਾ, ਇਸ ਕਰਕੇ ਸਾਨੂੰ ਇਹਨਾਂ ਨੂੰ ਐਨਕਰੇਜ ਕਰਨਾ ਚਾਹੀਦਾ। ਅੱਜ ਮੈਂ ਜੀ BBC ਵਾਲੇ ਮਤਲਬ ਬੈਸਟ ਸਪੋਰਟਸ ਵੂਮੈਨ ਵਾਸਤੇ ਵੋਟ ਕੀਤਾ ਜੀ। ਮੈਂ ਵੋਟ ਤਾਂ ਕੀਤਾ ਕਿ ਮਤਲਬ ਕਿਉਂਕਿ ਜੇ ਵੋਟ ਕਰਾਂਗੇ ਆਪਾਂ ਤਾਂ ਕੋਈ ਜਿਹੜੀ ਵੀ ਕੁੜੀ ਅੱਗੇ ਆਊਗੀ ਉਤੋਂ ਇੰਸਪੀਰੇਸ਼ਨ ਲਊਗੀ ਬਾਕੀ ਕੁੜੀਆਂ, ਅਤੇ ਉਹਦੇ ਕਰਕੇ ਮਤਲਬ ਬਹੁਤ ਹੀ ਮਤਲਬ ਇੰਡੀਆ ਨੂੰ ਵੀ ਫਾਇਦਾ ਜਾਂ ਉੱਦਾਂ ਬੱਚਿਆਂ ਵਾਸਤੇ ਵੀ ਫਾਇਦਾ ਹੋਊਗਾ। ਮੈਂ ਰਾਧਿਕਾ, ਮੈਂ ਇੰਡੀਅਨ ਸਪੋਰਟਸ ਵੂਮੈਨ ਆਫ ਦਾ ਈਅਰ ਕੋ ਇਸ ਲਈ ਵੋਟ ਕਰਨਾ ਚਾਹਤੀ ਹੂੰ ਕਿਉਂਕਿ ਮੈਂ ਚਾਹਤੀ ਹੂੰ ਲੜਕੀਆਂ ਆਪਣੀ ਮੁਸ਼ਕਿਲ ਕੋ ਪਾਰ ਕਰਕੇ ਆਗੇ ਬੜੇ ਔਰ ਸਮਾਜ ਉਹਨੇ ਆਗੇ ਬੜਨੇ ਕੀ ਹਿੰਮਤ ਦੇ।